ਇਸ ਤੀ ਜੀ ਵਿੱਚ ਗੱਲ ਇਹ ਹੈ ਜਿਵੇਂ ਡਾਕਟਰ ਸਹਾਜ ਆਦੇ ਖੜੇ ਨਾ ਜੀ ਇਹਦਾ ਮੈਂ ਇਹ ਕਹਿੰਦਾ ਕਿ ਗੈਸਟ੍ਰੋ ਦਵਾਈ ਦਾ ਕੋਈ ਇਲਾਜ ਹੈ ਇਲਾਜ ਦੇقبل ਟੈਸਟ ਦੀ ਗੱਲ ਕਰਦੀ ਹੈ ਇਲਾਜ ਦੇ ਵਿੱਚ ਵੀ ਟੈਸਟ ਜਿਵੇਂ ਦੱਸੇਗਾ ਅਸਲ ਗੱਲ ਇਹ ਜਿਹੜੇ ਵੇਲੇ ਬੱਚ ਬਾਲਾ ਹੁੰਦੇ ਨਾ ਉਹਨਾਂ ਚ 90% ਵਾਲ ਇਹ ਹੋ ਜਾਂਦੇ ਜਿਨ੍ਹਾਂ ਨੂੰ ਟੈਸਟ ਦੀ ਜ਼ਰੂਰਤ ਕਾਇ ਨਹੀਂ ਹੁੰਦੀ अच्छा। ਦਸ ਦੀ ਆਮ ਜਿੰਨੇ ਬਾਲ ਹੈ। ਇਹ ਪਤਾ ਲੱਗਦਾ ਡਾਕਟਰ ਸਾਹਿਬ ਨੂੰ ਇਹਨਾਂ ਟੈਸਟ ਦੀ ਲੋੜ ਕੋਈ ਨਹੀਂ। ਮੈਂ ਦੱਸ ਇਹਨੇ। اچھا। ਜਿਹੜੇ ਬਾਲ ਹਨ 90% ਉਹਨਾਂ ਦੇ ਵਿੱਚ ਤੇ ਬਾਲ ਇਹ ਜਿਵੇਂ ਸੇ ਹਾਲਾਤ ਪਹਿਲੇ ਜ਼ਿਕਰ ਕੀਤੀਆਂ ਹਨ ਉਹਨਾਂ ਦੇ ਸਿਰਫ 10% ਅਸਹਾਲ ਹੋਸੇਨ, ਮੋਸ਼ਨ ਜ਼ਿਆਦਾ ਹਨ ਤੇ ਬੇਹੋਸਨ, ਮਿqdaਰ ਜ਼ਿਆਦਾ ਹੋਸੀ ਤੇ ਪਤਲੇ ਜ਼ਿਆਦਾ ਹੋਸੇਨ। ਇਹਨਾਂ ਵਿੱਚ ਸਿਰਫ ਇਹ ਮਸਲਾ ਹੋਸੀ ਪਾਣੀ ਦੀ ਕਮੀ ਹੈ। ਠੀਕ ਹੈ। ਅਸੀਂ ਉਹਨਾਂ ਦੀ ਪਾਣੀ ਨੂੰ ਦੂਰ ਕਿਵੇਂ ਦਾ ਇਲਾਜ ਦੇ ਬਾਰੇ ਜਿਵੇਂ ਸਾਹਿਬ ਸਵਾਲ ਕਰ ਰਹੇ ਨੇ ਖੜੇ ਅਸੀਂ ਇਹਦੇ ਬਾਰੇ ਗੱਲ ਕਰ ਗਿੰਦੇ ਹਾਂ ਬਾਰੇ ਉਹਦਾ ਇਲਾਜ ਤੇ ਉਹ ਹੋਸੀ। اچھا। 90% ਤੇ ਬਾਲ ਇਹ ਸਦਾ ਹਨ। ਉਹਦੇ ਕਸ਼ ਮਗਰ ਇਹ 90 ਫੀਸਦ ਬਾਲ ਜਿਹੜੇ ਹਨ ਉਹਨਾਂ ਦੇ ਵਿੱਚ مختلف ਗਰੁੱਪ ਹਨ ਅੱਛਾ ਇੱਕ ਬਾਲ ਆਵੇ ਜਿਨ੍ਹਾਂ ਦੇ ਖਾਨੇ ਵਿੱਚ ਹੋਸੀ ਖੂਨ ਹੋਸੀ ਹਾਂ ਇਹਨਾਂ ਦੇ ਟੈਸਟ ਦੀ ਜ਼ਰੂਰਤ ਹੈ ਸਾਕੋ ਕੁਝ ਬਾਲ ਆਵੇ ਜਿਨ੍ਹਾਂ ਦੇ ਵਿੱਚ ਬੁਖਾਰ ਜਿਹੜਾ ਹੈ 113 104 ਤੇ ਚੱਲ ਰਿਹਾ ਵੇ ਸੀ ਆਮ ਤੌਰ ਤੇ ਬੁਖਾਰ ਜਿਹੜਾ ਹੈ ਉਹਦੇ ਵਿੱਚ 100 101 ਤੋਂ ਘਟ ਰਹੇ ਰਹਿੰਦੇ ਹਨ

आम तौर वो वायरस है वायरस अच्छा। सा दे आम तौर तक टेस्ट की जरूरत कहलामत सांसद सिर्फ इलाज तेज डॉक्टर खड़े हैं उनको जरूरत टेस्ट की करा हो असल करवाने तहकीकत देखने कितने बाला जिन वायरस किस किस्म वायरस आता पी कें लेकिन लेबॉर्टरी है तहकीकत जरूरत है ਆਮ ਤਸ਼ਖੀਸ ਵਾਸਤੇ ਉਹਦੀ ਜ਼ਰੂਰਤ ਕਾਇ ਨਹੀਂ ਠੀਕ ਉਹਦੇ ਵਿੱਚ ਬਾਹਰ ਕੋ ਬੁਖਾਰ ਕਹਿਣਾ ਹੋਸੀ ਉਹਦੇ ਖੂਨ ਕਹਿਣਾ ਹੋਸੀ ਇਹ ਦੂਸ਼ਾ ਮੈਂ ਕਹਿਣਾ ਹੋਸੀ ਅੱਛਾ ਉਹਦਾ ਆਗਾਜ਼ ਜਿਹੜਾ ਹੈ ਉਲਟੀ ਤੋਂ ਥੀ ਸੀ ਬਾਲ ਕੋ ਅੱਛਾ ਔਰ ਬਾਅਦ ਵਿੱਚ ਉਹਦੇ ਚ ਇਹ ਥੀ ਸੀ ਮੋਸ਼ਨ ਬਾਅਦ ਵਿੱਚ ਲਕਸਨ ਜੀ ਜੀ ਜੇ ਇਹੋ ਤਰਤੀਬ ਹੋਸੀ ਅਸਾਂ ਇੱਕ ਟੈਸਟ ਕਹਿਣਾ ਕਰਵੇ ਸੋ ਅੱਛਾ ਇਹਦਾ ਇਲਾਜ ਕਰੇ ਸੋ ਲੇਕਿਨ ਅਗਰ ਉਹਦੇ ਵਿੱਚ ਖੂਨ ਆਵੇ ਸੀ ਤੇ ਅਸਾਂ ਇਹਦਾ ਟੈਸਟ ਕਰਵੇ ਸੋ ਜਿਵੇਂ ਆਦੇ ਖੜਿਆ ਹੁਣ ਗਰੀਬ ਹੋਵੇ ਜਾਂ ਅਮੀਰ ਹੋਵੇ ਅਸਾਂ ਦਾ ਟੈਸਟ ਕਰਵੇ ਸੋ ਇਸ ਤੋਂ ਕਲਚਰ ਕਰਵੇ ਸੋ ਬਿਲਕੁਲ ਦੇਖ ਸੋ ਇਹਦੇ ਵਿੱਚ ਕਿਹੜਾ ਜਰਾ ਸੀਮ ਹੈ ਕਿਉਂਕਿ ਆਮ ਤੌਰ ਤੇ ਇਹੋ ਬੈਕਟੀਰੀਆ ਦੀ ਵਜ੍ਹਾ ਤੋਂ ਥਿੰਦਾ ਜੀ ਅਸਾਂ ਉਹਦੇ ਵਾਸਤੇ ਉਹ ਕਲਚਰ ਹੀ ਕਰੇ ਸੋ ਉਹਦਾ ਟੈਸਟ ਵੀ ਕਰੇ ਸੋ ਸਟੂਲ ਦਾ ਦੇਖ ਸੋ ਇਹਦੇ ਵਿੱਚ ਕਿਤਨੇ ਜਰਾ ਸੀਮ ਹੈ ਤੀਜੀ ਸੂਰਤ ਇਹ ਹੈ ਜੋ ਉਹਦੇ ਵਿੱਚ ਬਾਲ ਕੋ ਬੁਖਾਰ ਥੀ ਗਏ ਬੁਖਾਰ 113 104 ਤੇ ਚਲਾ ਗਿਆ ਜੀ ਇਹਦੇ ਵਿੱਚ ਅਸਾਂ ਉਹਦਾ ਪਖਾਨੇ ਦਾ ਟੈਸਟ ਹੀ ਕਰਵੇ ਸੋ ਉਹਦਾ ਪਿਸ਼ਾਬ ਦਾ ਟੈਸਟ ਹੀ ਕਰਵੇ ਸੋ ਛੋਟੇ ਪਿਸ਼ਾਬ ਦਾ ਕਿਉਂ ਉਹਦੀ ਇਹ ਇਨਫੈਕਸ਼ਨ ਦੀ ਵਜ੍ਹਾ ਤੋਂ ਇਹ ਬਖਾਨੇ ਜ਼ਿਆਦਾ ਥੀ ਸਕਦੇ ਹਨ ਥੀ ਸਕਦੇ ਹਨ ਬਿਲਕੁਲ ਉਹਦਾ ਟੈਸਟ ਵੀ ਕਰੇ ਸੂ ਪਿਸ਼ਾਬ ਦਾ ਵੀ ਇਹਦਾ ਟੈਸਟ ਕਰੇ ਸੂ ਜਿਹੜਾ ਇਹ ਸਾਕ ਬਖਾਨੇ ਦੇ ਕਰੇ ਸੂ ਇਹਦਾ ਅਸਾਂ ਖੂਨ ਦਾ ਟੈਸਟ ਵੀ ਕਰੇ ਸੂ ਔਰ ਇਹਦਾ ਹੋ ਸਕਦਾ ਹੈ ਅਸਾਂ ਕਾਨ ਦੇ ਬਾਰੇ ਚ ਦੇਖੂ ਜੋ ਕਾਨ ਦੇ ਵਿੱਚ ਇਨਫੈਕਸ਼ਨ ਤਾਂ ਕਾਇਨੀ ਉਹਦੀ ਵਜ੍ਹਾ ਤੋਂ ਬਾ ਵਜ੍ਹਾ ਤੋਂ ਬਾਲ ਕੋ ਕਈ ਮਿਲੇ ਮੋਸ਼ਨ ਲੱਗ ਵੇਨ ਇਸਾਰਾ ਉਹ ਵਲੇ ਸਾਰਾ ਕੁਝ ਅਸੈਸ ਕਰੇ ਸੂ ਇਹ ਸਾਰੇ ਟੈਸਟ ਉਹਦੇ ਬਾਅਦ ਮੁਮਕਨ ਥੀ ਸਕਦੇ ਨੇ ਲੇਕਿਨ ਬਹੁਤ ਥੋੜੇ ਬੱਚੇ ਜੋ ਸਨ ਅੱਛਾ ਇਹ ਥੋੜੇ ਬੱਚੇ ਆ ਜਿਆਦਾ ਬਾਇਓਲੋਜੀ ਵਿੱਚ ਡਿਸੈਂਡ 90% ਦੇ ਵਿੱਚ ਸਾਨੂੰ ਜ਼ਰੂਰਤ ਨਹੀਂ ਉਹ ਵਾਇਰਸ ਦਾ ਹੈ ਉਹਦਾ ਇਲਾਜ ਵਾਇਰਸ ਦੇ हिसाब ਨਾਲ ਥੀ ਸੀ ਖੂਨ ਹੋ ਸੀ ਜੇ ਬੁਖਾਰ ਬਹੁਤ ਜ਼ਿਆਦਾ ਹੋ ਸੀ ਉਹਦੇ ਅੱਛਾ ਸਨ ਟੈਸਟ ਦੀ ਜ਼ਰੂਰਤ ਹੈ ਉਹ ਵਲੇ ਸਨ ਕਰਵਾ ਕੇ ਅੱਛਾ ਡਾਕਟਰ ਯਾ ਸਾਹਿਬ ਇਹ ਦੱਸਾਓ ਇਹ ਤਾਂ ਬੜੀ ਅੱਛੀ ਗੱਲਬਾਤ ਹੋਈ ਹੈ ਗੈਸਟਰੋ ਦੇ ਬਾਰੇ ਇਹ ਦੱਸਾਓ ਕਿ ਦਾ ਇਲਾਜ ਕੀ ਮਤਲਬ ਕਿ ਕਿਵੇਂ ਮੁਮਕਿਨ ਹੈ ਕਿਵੇਂ ਕੀਤਾ ਜਾਂਦਾ ਇਲਾਜ ਇਲਾਜ ਜਿਹੜਾ ਤੁਹਾਨੂੰ ਪਹਿਲਾਂ ਸਾਡੇ ਸੇਵਾ ਸੇਕ ਵੀ ਇਨਸ ਕਮਸ ਕੰਪੋਨੈਂਟ ਹੋਰ ਬਾਲ ਜਿਹਨਾਂ ਦਾ ਪੂਰੀ ਦੁਨੀਆ ਚ ਨਾ ਗੈਸਟ੍ਰੋ ਦੀ ਬਿਮਾਰੀ ਸ਼ਿਕਾਰ تھی ਵੰਨ। ਠੀਕ ਹੈ ਨਾ ਤੋ ਇਲਾਜ ਤੇ ਸਭ ਤੋਂ ਬਿਹਤਰੀਨ ਇਲਾਜ ਕੇ ਸਭ ਜਰ ਐਜੰਸੀ ਦੇ ਪ੍ਰੋਗਰਾਮ ਥੀਨਾਂ ਪਏ ਅਵੇਅਰਨੈਸ ਲੋਕਾਂ ਨੂੰ ਦੀ ਪਈ ਕਿ ਬੀਗੈਸਟ ਹੋਏ ਹੁਣ ਸ਼ੁਰੂ ਇਸ ਮੋਸ਼ਨ ਹੁੰਦਾਂ ਮਾ ਪਹਿਲੇ ਖਿਆਲ ਨਾ ਕਰੇਂਦੀਆਂ ਹੁਣ ਮੋਸ਼ਨ ਲੱਗੇ ਮਾ ਉਹ ਇਤਨਾ ਪਤਾ ਹੋਣਾ ਚਾਹੀਦਾ ਹੈ ਕਿ ਭਈ ORS ਘਰ ਲਾਥੋ ਵੇ ਸਾਡੇ ਕਮਸ ਕਾਮ ਡਾਕਟਰ ਦੇ ਕਿਉਂ WLSW ਕੰਮ ਕਰਦੀ ਪੈਣ ਉਹ ਲੈਡੀ ਹੈਲਥ ਵਰਕਰ ਹਨ ORS ਘਰ ਘਰ ਪੁੱਛੇਂਦੀ ਪੈਣ ਇਹ ਚੰਗਾ ਕੰਮ ਹੈ ਕਿ ਉਹ ਦੱਸੇਂਦੀ ਪੈਣ ਕਿ ਇਹ ਵਲਡੂ ਦੇ ਨੰਬਰ ਤੇ ਵੀ ਇਹ ਚੰਗਾ ਕੰਮ ਹੈ ਠੀਕ ਹੈ ਕਿ WHO ਦੇ ਪਹਿਲੇ ਤੇ ORS ਜਦ ਸਰਾ ਹੁੰਦਾ ਨਾ ਥੋੜਾ ਜਿਹਾ ਉਹਦੇ ਚ ਨਮਕਿਆ ਜ਼ਿਆਦਾ ਕੜ ਕੜਿਤਨੇ ਉਹ ਅਗਰ ਮਾ ਅਗਰ ਮਾਰੀ ਹੋਏ ਅਗਰ ਜਿਵੇਂ ਬਾਲਕ ਨੂੰ ਥੋੜੇ ਮੋਸ਼ਨ ਥੀਨ ਪੈਨ ਫੋਰਨ ਉਹ ਆਰਐਸ ਬਣਾਉਣ ਘਰ ਤੇ ਪਤਾ ਹੁੰਦੇ ਕਿ ਕਿੰਨੇ ਬਣਾਉਣੇ ਉਹ ਬਾਲਕ ਨੂੰ ਸ਼ੁਰੂ ਕਰਦੇ ਹਨ ਅਗਰ ਥੋੜੇ ਮੋ ਫੇਰੇ ਹੋਸੇਨ ਤੋਂ ਅੱਲਾ ਕਰੇ ਸੇ ਉਹਨਾਂ ਨਾਲ ਮੋਸ਼ਨ ਜਿਹੜਾ ਹੋਸਨ ਕਮ ਥੀ ਵੇਸਨ ਅਗਰ ਬਾਲ ਵੀ ਅਗਰ ਬਾਲਕ ਵਗਰ ਫਰਜ਼ ਕੀਤਾ ਬਾਲਕ ਨੂੰ ਉਲਟੀਆਂ ਜ਼ਿਆਦਾ ਥੀ ਗਏ ਖੁਰਾਕ ਖੀਰ ਖੀਨੀ ਗਿੰਦਾ ਪਿਆ ਖੁਰਾਕ ਨਹੀਂ ਗਿੰਦਾ ਵੇ ਤਾਂ ਪਾਣੀ ਦੀ ਕਮੀ ਥੀ ਬਾਲ ਫੋਰਨ ਡਾਕਟਰ ਕੋਲ ਜਾਂ ਥੋੜੇ ਤੁਹਾਡੇ ਹਲਥ ਫੈਸਿਲਿਟੀ ਜਿਹੜੀ ਵੀ ਅਵੇਲੇਬਲ ਉਥੋਂ ਨਜ਼ਦੀਕ ਹੈ ਤੁਹਾਡੇ ਘਰ ਦੇ ਨਾਲ ਉਥੇ ਮੰਨਦੇ ਉਥਾਂ ਡਾਕਟਰ ਉਹ ਕੰਸਲਟ ਕਰਗੇ ਨਾ ਉਹ ਡਾਕਟਰ ਸਭ ਪਰਪਰ ਨੇ ਉਹ ਜਾਂ ਕਰਨੇ ਕੋ ਪਾਣੀ ਜ਼ਰੂਰਤ ਹੈ ਜਾਂ ਇਹਨੇ ਕੋ ਡ੍ਰਿਪ ਜ਼ਰੂਰਤ ਹੋਸੀ ਨਾ ਡ੍ਰਿਪ ਨੇ ਉਥਾਂ ਲਾੜੇ ਸਨ ਅਗੋਂ ਮਜ਼ੀਦ ਹੋ ਦੇਗੀ ਉਥਾਂ ਇਲਾਜ ਤੇ ਠੀਕ ਮੈਂ ਇਹ ਥੋੜਾ ਜਾਇਂ ਦੇ ਚੈਕਰ ਇਜਾਜ਼ਤ ਦੇਵੋ ਚਾਹਤ ਮੈਂ ਦੇ ਕਹਿੰਦੇ ਅਸੀਂ ਕੋ ਉਮਰ ਦੇ ਹਿਸਾਬ ਨਾਲ ਤਕਸੀਮ ਕਰ ਸਕਦੇ ਹਾਂ ਇਹ ਇਲਾਜ ਕੋ ਇੱਕ ਉਹ ਬਾਲ ਹੈ ਜਿਹੜੇ 6 ਮਹੀਨੇ ਤੋਂ ਘਟੇਲ ਅੱਛਾ ਇਹ ਇਹੋ ਬਾਲ ਹਨ ਅਗਰ ਤੋਂ ਸਿਰਫ ਮਾਂ ਦਾ ਦੁੱਧ ਪੀਂਦੇ ਪਏ ਇਹਨਾਂ ਦੇ ਵਾਸਤੇ ਤੋਂ ਸਭ ਤੋਂ ਚੰਗੀ ਜਲਾ ਜਿਹੜੇ ਮਾਂ ਦਾ ਦੁੱਧ ਹੈ ਠੀਕ ਅਗਰ ਕਈ ਵੇਲੇ ਇਹਨਾਂ ਕੋਈ ਜ਼ਿਆਦਾ ਥੀ ਬਣ ਜੇ ਮੋਸ਼ਨ ਜ਼ਿਆਦਾ ਪਹਿਲੀ ਗੱਲ ਤੇ ਇਹਨਾਂ ਚ ਜ਼ਿਆਦਾ ਮੋਸ਼ਨ ਥੀਉ ਨਾ ਉਹ ਕੋਸਣ ਦਸਤਾ ਦੇ ਕਹੀ ਨਹੀਂ ਅਗਰ ਬੱਚੇ ਬਾਲ ਤੇ ਜਿਹੜੇ ਹਨ ਵਜ਼ਨ ਠੀਕ ਥੀਂਦਾ ਪੀਏ ਅਗਰ ਵਜ਼ਨ ਉਹਦਾ ਜਿਹੜਾ ਹੈ ਉਹ ਜ਼ਿਆਦਾ ਕਹੀ ਨਹੀਂ ਥੀਂਦਾ ਪੀਏ ਜਾਂ ਪਿਸ਼ਾਬ ਘੱਟ ਥੀਂਦਾ ਪੀਏ ਜ਼ਿਆਦਾ ਆਮ ਮਾਮੂਲ ਤੋਂ ਬਹੁਤ ਜ਼ਿਆਦਾ ਥੀਂ ਲੱਗਦੇ ਪੈਣ ਮਾਂ ਕੋਈ ਮਹਿਸੂਸ ਨਹੀਂ ਕਰਦਾ ਤੇ ਸਭ ਤੋਂ ਪਹਿਲਾਂ ਕਹਿੰਦੇ ਮਾਂ ਆਪਣਾ ਦੁੱਧ ਜ਼ਿਆਦਾ ਕਰਦੇ ਸੀ ਠੀਕ ਜ਼ਿਆਦਾ ਤੋਂ ਜ਼ਿਆਦਾ ਦੁੱਧ ਪਿਲਾਏ ਉਹ ਆਰਐਸ ਦਾ ਕੰਮ ਕਰਦੇ ਇੱਚੀ ਬਾਅ ਚੀ ਮਿਹਨਤ ਤੱਲੇ ਤੇ ਲਗਾ ਲਈ ਤੇ ਉਹਦੇ ਬਾ ਵਜੂਦ ਅਗਰ ਉਹ ਉਹਦਾ ਪਾਣੀ ਪੂਰਾ ਕਾਇਨੀ ਥਿੰਦਾ ਹਮ ਉਹਦਾ ਉਹ ਪੂਰਾ ਪਾਣੀ ਕਾਇਨੀ ਥਿੰਦਾ ਕਿ ਦੁੱਧ ਦੇ ਸਾਰਾ ਪਾਣੀ ਹੈ ਹਮ ਤੇ ਉਹਦੇ ਚ ਕਾਇਨੀ ਥਿੰਦਾ ਤੇ ਉਹਦੇ ਬਾਅਦ ਅਸਾਂ ਕੋ ਕਰਦੇ ਜਿਹਨੇ ਡਾਕਟਰ ਯਾ ਦਸੇ ਨੇ ਖੜੇ ਆ ਅਸਾਂ ਅੱਜਕੱਲ ਦੂਜਾ ਆਵਿੰਦਾ ਘੱਟ ਆਸਮੋਲੈਰਿਟੀ ਦਾ ਹੈ ਹਮ ਉਹ ਆਰਐਸ ਨਾ ਆਇਆ ਖੜਾ ਹੈ ਅਸਾ ਉਹ ਇਸਤੇਮਾਲ ਕਰਵੇ ਨੇ ਉਹ ਸਿਰਫ ਉਹ ਵਿਲੇਜ ਦੇ ਬੱਚੇ ਬਾ ਪਤਲਾ ਪਖਾਨਾ ਕਰੇ ਅੱਛਾ ਅਸਾ ਪਹਿਲੇ ਆਕੇ ਦਿਖਾ ਆਕੇ ਖੜੇ ਇਹਦੇ ਇਲਾਜ ਦਾ ਦੋ ਕੰਮ ਹੈ ਇੱਕ ਕੰਮ ਇਹ ਹੈ ਅਸਾਂ ਦੀ ਉਲਟੀ ਕਾ ਨਹੀਂ ਰੋਕਣੀ ਹੂੰ ਸਭ ਤੋਂ ਵੱਡਾ ਜਿਹੜੀ ਗਲਤੀ ਇਹਦੇ ਇਲਾਜ ਵਿੱਚ ਹੈ ਉਹ ਹੈ ਇਹਦੇ ਬਾਲਾ ਕੋ ਇਹਦੇ ਵਿੱਚ ਤਰ੍ਹਾਂ ਵੱਡੀਆਂ ਗਲਤੀਆਂ ਹਨ ਬਚ ਬਾਲਾ ਦੇ ਇਲਾਜ ਵਿੱਚ ਪਹਿਲੀ ਗੱਲ ਹੈ ਇਹਦੇ ਵਿੱਚ ਉਲਟੀ ਦੀ ਦਵਾਈ ਦੇਂਦੇ ਅੱਛਾ ਇਹ ਬਹੁਤ ਵੱਡੀ ਗਲਤੀ ਹੈ ਅੱਛਾ ਡਾਕਟਰ ਸਾਹਿਬ ਟੈਡੀਗਲ ਜਾਰੀ ਰਹੀ ਸੀ ਅਸਾਂ ਗਿਣਿਆ 1 ਬ੍ਰੇਕ ਵੈਲਕਮ ਬੈਕ ਨਾਜ਼ਰੀਨ ਜੀ ਡਾਕਟਰ ਸਾਹਿਬ ਅਸਾਂ ਗੱਲ ਕਰ ਰਹੇ ਹਾਂ ਕਿ ਜੋ ਇਹ ਬੱਚਿਆਂ ਦੇ ਇਲਾਜ ਦੇ ਬਾਰੇ ਚ ਇਲਾਜ ਕੀ ਹੈ ਇਲਾਜ ਦੇ ਬਾਰੇ ਤਰਾਏ ਅਸਾਂ ਵੱਡੇ ਗਲਤੀਆਂ ਹਨ ਜਿਹੜੀਆਂ ਅਸਾਂ ਆਮ ਤੌਰ ਤੇ ਡਾਕਟਰ ਕਰਿੰਦੇ ਉਲਟੀ ਨਹੀਂ ਰੋਕਣੀ ਉਲਟੀ ਨਹੀਂ ਰੋਕਣੀ ਚਾਹੀਦੀ ਠੀਕ ਹੈ ਤੇ ਪਖਾਣੇ ਨਹੀਂ ਰੋਕਨੇ ਚਾਹੀਦੇ والدہ ਨੇ ਇਹ ਆਦਨ ਸਭ ਤੋਂ ਪਹਿਲੇ ਉਹਨਾਂ ਦੀ ਡਿਮਾਂਡ ਹੀ ਹੁੰਦੀ ਹੈ ਉਹਨਾਂ ਦੀ ਖਾਹਿਸ਼ ਹੀ ਹੁੰਦੀ ਹੈ ਜਵਾਦਨ ਇਹਨੂੰ ਫੌਰਨ ਪਖਾਣੇ ਰੋਕਵਣ ਜੀ ਤੇ ਉਲਟੀ ਰੁਕਵਣੇ ਹਾਂ ਉਲਟੀ ਰੁਕਵਣੇ ਉਹਨਾਂ ਦੀ ਖਾਹਿਸ਼ ਹੀ ਹੁੰਦੀ ਹੈ ਸਮਝਦੇ ਇਹ ਹੰਝੜ ਵੇਲੇ ਫੌਰਨ ਰੁਕ ਵੈਸੀ ਤਾਂ ਇਹ ਕਾਮਯਾਬੀ ਦੀ ਨਿਸ਼ਾਨੀ ਹੈ ਹੰਝੜਾ ਡਾਕਟਰ ਇਹਨੀਆਂ ਕਰੇਂਦਾ ਕੋਈ ਸਮਝ ਚੰਗਾ ਕਰੇਂਦਾ ਪੀਏ ਇਹ ਮੰਨਦਾ ਕਰੇਂਦਾ ਫੇ ਚੰਗਾ ਕਹਿ ਨਹੀਂ ਕਰੇਂਦਾ ਪੀਏ ਕਿਉਂ ਅੰਦਰ ਜ਼ਹਿਰ ਹੈ ਬਾਲ ਦਾ ਜ਼ਹਿਰ ਨਿਕਲ ਵੈਸੀ ਤੇ ਬਾਲ ਸਕੂਨ ਆਰਾਮ ਵਿੱਚ ਆ ਵੈਸੀ ਜੀ ਔਰ ਜਿਹੜੇ ਵੇਲੇ ਸਕੂਨ ਆਰਾਮ ਵਿੱਚ ਆ ਵੈਸੀ ਉਲਟੀ ਰੁਕ ਵੈਸੀ ਦੂਜੀ ਗੱਲ ਇਹਦੇ ਵਿੱਚ ਇਹ ਹੋ ਸੀ ਜਿਹੜੇ ਵੇਲੇ ਪਖਾਨੇ ਦੇ ਵਿੱਚ ਜਿੰਨਾ ਹੈ ਇਹ ਕੁਦਰਤ ਦਾ ਨਿਜ਼ਾਮ ਹੈ ਜਿਹੜਾ ਡਾਕਟਰ ਨਾ ਰੋਕੇ ਨਾ ਆਖ ਦੇਣ ਉਹ ਇਹ ਡਾਕਟਰ ਚੰਗਾ ਹੀ ਕਾਇ ਨਹੀਂ ਹਾਂ ਲੇਕਿਨ ਵਾਸਤੇ ਆਦਾ ਕਰਨੇ ਹੋਰ ਡਾਕਟਰ ਨੂੰ ਵੇਖੋ ਇਹ ਪ੍ਰੋਗਰਾਮ ਦਾ ਇਹ ਮਕਸਦ ਹੈ ਤਾਂ ਕਿ ਸਮਝ ਆਵਾਂ ਜੇ ਗੱਲ ਦੀ ਪਖਾਨੇ ਦੇ ਵਿੱਚ ਜਿਹੜਾ ਜ਼ਹਿਰ ਹੈ ਅੱਲਾ ਦਾ ਨਿਜ਼ਾਮ ਹੈ ਉਹ ਕੋ ਧੋਣ ਵਾਸਤੇ ਉਤਨਾ ਜ਼ਿਆਦਾ ਪਾਣੀ ਆਵੇਂਦੇ ਪਾਣੀ ਆਵੇਂਦੇ ਉਹ ਕੋ ਰੋਕਣਾ ਕਾਇ ਨਹੀਂ ਅਸਾਂ ਉਰੋਗਿਨਸੋਂ ਤੇ ਬਾਬਾ ਬਾਲ ਦਾ ਜਿਹੜਾ ਹੈ ਜ਼ਹਿਰ ਅੰਦਰ ਚਲਾ ਵੇ ਸੀ ਜਿਸਮ ਵਿੱਚ ਜਜ਼ਬ ਥੀ ਵੇ ਸੀ ਉਹ ਕੋ ਨੁਕਸਾਨ ਦੇ ਸੀ ਇਹ ਦੂਜੀ ਗਲਤੀ ਹੈ ਤੀਜੀ ਗਲਤੀ ਇਹ ਵਿਚ ਐਂਟੀਬਾਇਓਟਿਕ ਦਾ ਡੇਵਣਾ ਹੈ ਦਵਾਈਆਂ ਡੇਵਣਾ ਜਿਹੜੇ ਉਹਦੇ ਵਾਰਸ ਨੁਕਸਾਨ ਦੇ ਅੱਛਾ ਬਾਲ ਦੇ ਵਿੱਚ ਉਹ ਵਲੇ ਐਂਟੀਬਾਇਓਟਿਕ ਦਾ ਨੁਕਸਾਨ ਹੀ ਹੋ ਥੀਂਦੇ ਹੈ ਜਿਸਮ ਵਿੱਚ ਬਹੁਤ ਸਰ ਜਰਾ ਸੀ ਮੈਂ ਜੜ ਜਿਸਮ ਕੋ ਜਿਹੜੇ ਇਹ ਵਾਇਰਸ ਦੇ ਉਹਦੇ ਨਾਲ ਲੜਾਈ ਕਰਿੰਦੇ ਨੂੰ ਕੁ ਮਰੇਂਦੇ ਨੇ ਹਮਮ ਆਸਾਨ ਐਂਟੀਬਾਇਓਟਿਕ ਡੇਡ ਨੇ ਉਹ ਵਾਇਰਸ ਕੋ ਤਾਂ ਕਸ਼ੇਗਾ ਨਹੀਂ ਕਰਿੰਦੀ ਲੇਕਿਨ ਜਿਹੜੇ ਐਂਟੀਬਾਇਓਟਿਕ ਜਿਹੜੇ ਹੈ ਜਿਹੜੇ ਜਿਹੜੇ ਜਿਸਮ ਦੇ ਏ ਦੋਸਤ ਹਨ ਜਿਹੜੇ ਉਹਨਾਂ ਲੜਾਈ ਕਰਦੇ ਪਏ ਹਨ ਉਹਨਾਂ ਨੂੰ ਮਾਰ ਦਿੰਦੀ ਹੈ ਉਹਨਾਂ ਨੂੰ ਮਾਰ ਦਿੰਦੀ ਹੈ ਇਹਦੀ ਵਜ੍ਹਾ ਨਹੀਂ ਤੇ ਬੱਚੇ ਦਾ ਡਾਇਰੀ ਜਿਹੜਾ ਹੈ 10 ਸੇ ਜ਼ਿਆਦਾ ਦੇਰ ਤੱਕ ਚੱਲਦਾ ਹੈ ਹਮਮਮ ਤਾਂ ਕਰੰਟ ਦੀ ਜ਼ਰੂਰਤ ਹੈ ਇੱਕ ਕੁਵਰਸ ਇੱਕ ਉਹਦੀ ਦਵਾਈ ਹੈ ਸਾ ਆਦੇ ਜ਼ਿੰਕਾ ਦੇ ਉਹਦਾ ਫਾਇਦਾ ਥੀ ਸਕਦਾ ਹੈ ਇਹ ਕੁਸਾ ਸਿਰਫ ਵਾਲ ਕੋ ਕਰਨਾ ਕੀ ਹੈ ਇਕੋ ਦੇਣਾ ORS ਜਿਹੜਾ ਹੈ ਨਿੰਕੋਲ ਹੈ ਅਸਾਂ ਉਹ ਦੇਸੂ ਤਾਂ ਕਿ ਜਿਤਨੀ ਨਮਕੀਅਤ ਦੀ ਕਮੀ ਹੋਵੇ ਉਹ ਪੂਰੀ ਰਹੇ ਵੰਜੇ ਬਾਲ ਕੋ ਕੁਝ ਨਾ ਥੀ ਸੀ ਡਾਕਟਰ ਸਾਹਿਬ ORS ਘਾਰੀ ਸੀ ਵੀ ਤਾਂ ਬਣਾਇਆ ਬਣ ਸਕਦਾ ਹੈ ਨਾ ਬਣ ਸਕਦੇ ਬਣ ਸਕਦਾ ਅਸਾਂ ਉਹ ਕਰ ਦੇਸੂ ਅੱਛਾ ਤੇ ਬਾਲ ਦਾ ਫਾਇਦਾ ਹੀ ਹੋਸੀ ਇੰਦੇ ਨਮਕੀਅਤ ਦੀ ਕਮੀ ਪੂਰੀ ਰਹੇ ਵੰਜੇ ਪਾਣੀ ਪੂਰਾ ਰਹੇ ਵੰਜੇ ਇੰਦੇ ਨਾਲ ਦੀ ਮੌਤ ਕਾ ਨਹੀਂ ਥੀਦੀ ਜੀ ਲੇਕਿਨ ਉੰਦੇ ਅਗਰ ਪਖਾਨੇ ਰੋਕ ਦੇਸੂ ਉੰਦੇ ਨਾਲ ਦੀ ਮੌਤ ਥੀ ਸਕਦੀ ਹੈ ਜੀ ਸਕਦੀ ਹੈ ਉੰਦੇ ਨਾਲ ਮੌਤ ਥੀ ਸਕਦੀ ਹੈ ਉੰਦੀ ਇੱਕ ਵਜ੍ਹਾ ਹੈ ਸਾਡੇ ਕੋਲ ਹਸਪਤਾਲ ਬਹੁਤ ਸਾਰੇ ਬਾਲ ਹੀ ਮਾਸਤੇ ਆਵੰਦੇ ਨੇ ਐਂਟੀਬਾਇਓਟਿਕ ਨੂੰ ਬਖਾਨਾ ਦੇਰ ਤੱਕ ਲਗਾ ਵੈਸੀ ਇਹ ਵਾਸਤੇ ਅਸੂਲ ਹੀ ਹੋਏ ਵਾਇਰਸ ਦੂਜਾ ਜ਼ਿੰਕ ਤੀਜਾ ਜਿਹੜੇ ਵੇਲੇ ਬਾਲ 6 ਮਹੀਨੇ ਤੋਂ ਉੱਤੇ ਹੋਵੇ ਅੱਛਾ ਇਹਦਾ ਸਭ ਤੋਂ ਅੱਛਾ ਇਲਾਜ ਇਹ ਉਲਟੀ ਦਾ ਇਲਾਜ ਇਹ ਮੋਸ਼ਨ ਦਾ ਇਲਾਜ ਉਹ ਹੈ ਇੱਕ ਉਹ ਅਸਾਂ ਦਹੀਂ ਦੇ ਛੋੜੂ ਹੂੰ ਦਹੀਂ ਔਰ ਉਹਨਾਂ ਨਾਲ ਕੇਲਾ ਇਹ ਦੂਸ਼ੇ ਮਾ ਡੇਢ ਸੂ ਇਹਦੀ ਉਲਟੀ ਦਾ ਇਲਾਜ ਕਰੇ ਸੀ ਸਸਤਾ ਇਲਾਜ ਦੇਸੀ ਇਲਾਜ ਔਰ ਕੋਈ ਨੁਕਸਾਨ ਨਹੀਂ ਦੇ ਕੋਈ ਨਹੀਂ ਕੋਈ ਸਾਈਡ ਇਫੈਕਟ ਹੀ ਕਰ ਬਹੁਤ ਜ਼ਬਰਦਸਤ ਗਾਲ ਕੀਤੀ ਜ਼ਬਰਦਸਤ ਇਹੋ ਗਾਲ ਇਹਦੇ ਵਿੱਚ ਦਹੀਂ ਔਰ ਇਹਦਾ ਨਾਲ ਹੀ ਕੇਲਾ ਕੇਲਾ ਇਹ ਗਰੇ ਇਸੇ ਡੇਡ ਹੂੰ ਔਰ ਨਾਲ ਉਹਦਾ ORS ਪਾਣੀ ਪੂਰਾ ਰੱਖੂੰ ਬਾਲ ਕੋ ਕਛੇ ਨੁਕਸਾਨ ਕੋਈ ਨਾ ਹੋਸੀ ਇਹਦਾ ਮੋਸ਼ਨ ਰੁਕਸਣ ਕਾ ਨਾ ਇਹ 2-4 ਜਿਹੜਾ ਵਕਤ ਤੇ ਪੂਰਾ ਕਰੇ ਸੀ ਅੱਛਾ ਲੇਕਿਨ ਅਸਾਂ ਕੋ ਪੂਰਾ ਕਰਨ ਦੇ ਤੱਕ ਜ਼ਹਿਰ ਪੂਰਾ ਨਿਕਲ ਵਜੇ ਨਿਕਲ ਵਜੇ ਬਲਕਿ ਬਾਲ ਹੁੰਦੇ ਬਾਅਦ ਬਿਲਕੁਲ ਫਰਸਟ ਕਲਾਸ થી ਵਸੀ ਔਰ ਅਗਲਾ ਜਿਹੜਾ ਅਟੈਕ ਹੁੰਦਾ ਡੇਰ ਤੱਕ થી ਸੀ ਸਹੀ ਇਹ ਵਾਸਤੇ ਬਹੁਤ ਜ਼ਰੂਰੀ ਹੈ ਯਕੀਨ ਕੋ ਐਂਟੀਬਾਇਟਿਕ ਤੋਂ ਬਚਾਉ ਦੂਜੇ ਉਲਟੀ ਰੋਕਣ ਤੋਂ ਤੀਜੀ ਬਾਲ ਮੋਸ਼ਨ ਕਾ ਨਾ ਕੋ ਨਾ ਇਦੀ ਉਮੀਦ ਕਰੂੰ ਸਿਰਫ ਪਾਣੀ ਦਾ ਪੂਰਾ ਰੱਖੂ ਢੂ ਚਾੜ ਨਮਕਿਆ ਤਾਂ ਪੂਰੇ ਰੱਖੇ ਸੂ ਇਨਸ਼ਾਅੱਲਾ ਬਾਲ ਜਿਹੜਾ ਠੀਕ ਥੀ ਸੀ ਆਈਂਦਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਜ਼ਿਆਦਾ ਦੇਰ ਤੱਕ ਠੀਕ ਰਹੇਗੀ ਅੱਛਾ ਡਾਕਟਰ ਸਾਹਿਬ ਇਹ ਦੱਸਾਓ ਕਿ ਗੈਸਟ੍ਰੋ ਤੋਂ ਕੀਵੇਂ بچਾਅ mumkin ਹੈ ਕਿਉਂਕਿ ਇਤਨੀ ਇਹ ਬਿਮਾਰੀ ਖਤਰਨਾਕ ਵੀ ਠੀਕ ਸਕਦੀ ਹੈ ਤੇ ਇਹ ਕਿਵੇਂ ਬਚ ਸਕਦੇ ਗੈਸਟ੍ਰੋ ਨਾਲ ਬਚਾਅ ਬਚਣ ਦਾ ਸਿਰਫ ਤਰੀਕਾ ਬਹੁਤ ਸਾਦਾ ਜਾਇਆ ਕਿ ਭਈ ਇਹ ਨਾ ਤੁਸੀਂ ਆਪਣੇ ਨਾ ਘਰ ਦੇ ਇਰਦ-ਗਿਰਦ ਦਾ ਮਾਹੌਲ ਹੈ ਉਹ ਸਾਫ਼ ਸੁਥਰਾ ਕੋ ਨਾਲੀਆਂ ਛਾਲੇ ਜਿਹੜੇ ਉਹ ਸਾਫ਼ ਹੋਣ ਤੇ ਜਿਹੜਾ ਘਰ ਚ ਨਾ ਖਵਤੀ ਇਹਨਾਂ ਜਿਹੜੇ ਬਾਲ ਨੂੰ ਹੈਂਡਲ ਕਰੰਦਨ ਉਹ ਆਪਣੇ ਹੱਥ ਜਿਵੇਂ ਹਾਜਤ ਕੋਲ ਫਾਰੀਂ ਤੀਂਦਨ ਹੱਥ ਸਾਂਹ ਤੇ ਸਾਫ਼ ਕਰੇ ਘਰ ਦਾ ਜਿਹੜਾ ਵੀ ਕੰਮ ਕਰੰਦਨ ਡੰਗਾ ਢੋੜ ਜਿਹੜਾ ਕੰਮ ਕਰ ਤੇ ਫਾਰੀਂ ਤੀਂਦਨ ਕਮ ਅਸਕਮ ਚੰਗੀ ਤਰ੍ਹਾਂ ਸਾਬਨ ਨਾਲ ਹੱਥ ਚੰਗੀ ਤਰ੍ਹਾਂ ਧੋਵਨ ਪਰਪਰੇ ਤੇ ਹੁਨੇ ਬਾਲ ਜਿਠਾ ਗਏ ਰਿਸਰਚ ਹੀ ਥਈਏ ਜਿਨ ਜਿਹੜੇ ਬਾਲ ਮਾਦਕ ਖੀਰ ਦੇ ਉੱਤੇ ਹੁੰਦਨ ਤੇ ਬਾਂਸ ਮੇਰੇ ਬਾਲ ਉੱਤੇ ਲਖੀ ਉਹਨੇ ਦੇ ਸਾਲ ਦੀ ਬਿਮਾਰੀ ਵਿੱਚ ਘਟ ਹੁੰਦੀ ਹੈ ਬਾਂਸ ਮੇਰੇ ਮਾਲਾ ਖੀਰ ਪੀਣਾ ਤੇ ਸਭ ਚਾਹਤਾ ਕਿ ਮੈਕਸਿਮਮ ਜ਼ਿਆਦਾ ਜ਼ਿਆਦਾ ਨਾ ਆਪਣਾ ਦੀ ਮੁਸੀਬਤ ਵੀ ਰਹੀ ਹੈ ਕਿ ਮੁਸੀਬਤ ਬਾਚਨ ਹੈ ਅੱਲਾ ਸੇ ਬਹੁਤ ਚੰਗਾ ਸੋਇ ਇੱਕ ਜ਼ਰੀਆ ਦਿੱਤੇ ਮਾ ਮਾ ਜੋ ਤੈਗ ਵੀ ਬਾਲਾ ਰਾਮ ਚੰਗਾ ਵਸਾਨੀ ਸੀ ਸਾਇਦ ਬਿਮਾਰੀ ਕੋਲ ਬਚ ਸਕਦੇ ਜੀ ਕੀ ਮੈਂ ਕੋਈ ਦਸਾਓ ਕਿ ਇਹਦੀ ਕੋਈ ਵੈਕਸੀਨ ਹੀ ਹੈ ਜਿਸ ਨੇ ਡਾਕਟਰ ਸਾਹਿਬ ਨੇ ਦੱਸਿਆ ਵੀ ਚੱਲੇ ਇਹਤੇ ਬਿਮਾਰੀ ਦਾ ਬਚਾਅ ਹੋ ਗਿਆ ਪਰ ਇਹ ਬਚਾਅ ਦੀ ਕਿਹੜੀ ਵੈਕਸੀਨ ਕੋਈ ਹੈ ਤੇ ਤੁਸੀਂ ਹਵਾਲਾ ਦੇ ਨੂੰ ਕੀ ਪੈਗਾਮ ਦੇ ਦਿਸੋ ਅਸਾਂ ਸਵਾਲ ਹੈ ਬਹੁਤ ਜ਼ਿਆਦਾ ਕਿਉਂ ਜਾਈਂ ਅੱਜਕਲ ਇਹ ਵੈਕਸੀਨ ਹੀ ਮੌਜੂਦ ਹੈ ਜੀ ਫਿਲਹਾਲ ਤੇ ਇਹਦੀ ਵੈਕਸੀਨ ਮਾਰਕੀਟ ਵਿੱਚ ਮੌਜੂਦ ਹੈ ਫਿਲਹਾਲ ਲੋਕਾਂ ਕੋ ਪੈਸੇ ਦੇਣੇ ਪਾਉਂਦੇ ਨੇ ਹਾਂ ਅ ਮਹਿੰਗੀ ਵ ਤੁਹਾਡੇ ਵਾਲਦਨ ਵਾਸਤੇ ਇਹਦੇ ਵਿੱਚ ਇਹ ਗੱਲ ਹੈ ਜੋ ਸਭ ਤੋਂ ਜ਼ਰੂਰੀ ਜੀਵੇਂ ਡਾਕਟਰ ਸਭ ਦੇ ਸੇਂਹੇ ਖੜੇ ਹਨ ਇੱਕ ਤਾਂ ਮਾਂ ਆਪਣਾ ਦੁੱਧ ਪਿਲਾਉਣ ਹੱਥ ਹਰ ਵੇਲੇ ਧੋਵਣ ਤੇ ਖਾਣ ਪਕਾਉਣ ਤੋਂ ਪਹਿਲੇ ਵੀ ਹੱਥ ਧੋ ਗਿਨਣ ਪਖਾਣੇ ਤੋਂ ਬਾਅਦ ਹੱਥ ਧੋ ਧੋ ਗਿਨਣ ਔਰ ਜਿਹੜੇ ਵੇਲੇ ਵੈਕਸੀਨ ਸ਼ੁਰੂ ਜੋ ਅਫੋਰਡ ਕਰਦੇ ਨੇ ਜਿੰਨਾ ਕੋਲ ਮੌਜੂਦ ਹੈ ਲੈਣ ਦਿੱਤੇ ਉਹ ਆਪਣੀ ਇੰਦੇਸ ਦੇ ਵੈਕਸੀਨਿੰਗ ਗਿਨਣ ਵੈਕਸੀਨ ਇਸਤੇਮਾਲ ਆਪਣੇ ਬੱਚ ਬਾਲਾਂ ਕੋ ਵੈਕਸੀਨ ਪਿਲਾਉਣ ਛੀ ਬਾ ਛੀ ਮਹੀਨੇ ਤੋਂ ਪਹਿਲੇ ਪਹਿਲੇ ਵਾਲਦਨ ਜਿਹੜੇ ਹਨ ਜੋ ਇਹਨ ਆਪਣੇ ਬਾਲਾਂ ਕੋ ਵੈਕਸੀਨ ਕਰਾਉਣ ਬਾਲਾਂ ਕੋ ਆਪਣਾ ਦੁੱਧ ਪਿਲਾਉਣ 2 ਸਾਲ ਤੱਕ ਮਾਂ ਦਾ ਇਹ ਬੱਚੇ ਦਾ ਬਾਲ ਦਾ ਹੱਕ ਹੈ ਜੋ ਮਾਂ ਆਪਣੇ ਦੁੱਧ ਪਿਲਾਵੇ। ਇਹਦੀ ਮਾਂ ਸੁਸਤੀ ਕਰਦੀ। ਤੁਹਾਡੇ ਤੁਹਾਡੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਆਵਣ ਦਾ। ਨਾਜ਼ਰੀਨ ਤੁਸੀਂ ਅੱਜ ਗੱਲ ਸੁਣੀਐਂ ਅਸ ਹਾਲ ਦੇ ਮੁਤਲਕ ਡਾਇਰੀ ਦੇ ਮੁਤਲਕ ਅਗਰ ਤੁਸੀਂ ਇਹ ਗੱਲ ਤੇ ਅਮਲ ਕਰੋ ਤੇ ਤੁਹਾਡੇ ਬਾਲ ਇਸ ਖਤਰਨਾਕ ਬਿਮਾਰੀ ਤੋਂ ਜਿਹੜੀ ਖਤਰਨਾਕ ਕਾਇ ਹੀ ਨਹੀਂ ਭਰੇ ਬਾਣ ਸਕਦੀ ਹੈ ਇਸ ਤੋਂ ਬਚ ਸਕਦੇ ਨੇ। ਅਗਲੇ ਪ੍ਰੋਗਰਾਮ ਤੱਕ ਡਾਕਟਰ ਬੀਨਾ ਖਤਰ ਨੂੰ ਇਜਾਜ਼ਤ ਦੇਵੋ। ਅੱਲਾ ਹਾਫਿਜ਼।